ਆ ਕ੍ਰਿਕਟ ਦੇ ਬਾਅਦ ਮੈਂ ਪਲੇਨ ਦਾ ਝੰਡੇ ਘਟਦੇ ਯਾਰ ਸੱਚ ਝੰਡੇ ਤੋਂ ਜ਼ਿਆਦਾ ਆ ਆਪਣੇ ਝੰਡੇ ਦਾ ਕੀ ਹਾਲ ਆ ਝੰਡਾ ਆਪਣਾ ਵਧੀਆ ਝੁੱਲੀ ਜਾਂਦਾ ਓਏ ਯਾਰ ਮੈਂ ਉਸ ਝੰਡੇ ਦੀ ਗੱਲ ਨਹੀਂ ਕਰਦਾ ਆਪਣੇ ਝੰਡੇ ਅਮਲੀ ਦੀ ਗੱਲ ਕਰਦਾ ਅੱਛਾ ਉਹ ਤਾਂ ਅੱਜ ਕੱਲ ਫੇਰ ਗਵਰਨਮੈਂਟ ਚ ਹੈ ਗਵਰਨਮੈਂਟ ਚ ਹੈ ਕਿਵੇਂ ਮੇਰਾ ਮਤਲਬ ਜਿਹੜੇ ਉਮੀਦਵਾਰ ਉਹਨੇ ਵੋਟ ਪਾਈ ਸੀ ਹਾਂ ਉਹ ਐਤਕੀ ਫੇਰ ਜਿੱਤ ਗਿਆ ਅੱਛਾ ਫੇਰ ਤੇ ਝੰਡਾ ਅਮਲੀ ਸਿੱਧਾ ਐਮਐਲਏ ਸਾਹਿਬ ਮੇਰਾ ਮਤਲਬ ਐਲਐਮਐ ਸਾਹਿਬ ਦੇ ਘਰ ਅੱਛਾ ਐਲਐਮਐ ਸਾਹਿਬ ਤਿਆਰ ਹੋ ਜਾਓ ਡੰਡਾ ਆ ਰਿਹਾ ਜੀ ਹਲੋ ਮੇਰੀ ਲਾਸਟ ਵਾਰਨਿੰਗ ਹੈ ਤੇ ਸੁਣ ਤੈਨੂੰ ਹਾਂ ਉਹ ਬਤਮੀਜ਼ ਕੰਮ ਕਰਾਉਣ ਨੂੰ ਮੂਰੇ ਹੋ ਜਾਂਦੇ ਹੋ ਪੇਮੈਂਟ ਦੇ ਨਹੀਂ ਰਹੇ ਤੁਸੀਂ ਦਿਮਾਖਰਾਵਾ ਤੇਰਾ ਮੈਨੂੰ ਪੇਮੈਂਟ ਫੜਾਏਗਾ ਪੇਮੈਂਟ ਮੇਰੇ ਭਤੀਜੇ ਨੂੰ ਫੜਾਓ ਜਾਂ ਬੀਬੀ ਜੀ ਨੂੰ ਹੁਣ ਤੈਨੂੰ ਮੈਂ ਇਹ ਦੱਸਾਂ ਬੀਬੀ ਜੀ ਕੌਣ ਨੇ ਉਹ ਤੈਨੂੰ ਪਤਾ ਨਹੀਂ ਬਤਮੀਜ਼ ਮੰਤਰੀਆਂ ਦੇ ਬੀਬੀ ਜੀ ਕੌਣ ਹੁੰਦੇ ਨੇ ਹਾਂ ਜਲਦੀ ਪਹੁੰਚੀ ਕਰੋ ਟਪੈਟ ਜਲਦੀ ਕਰਾਓ ਯਾਰ ਕੰਮ ਉਹ ਨਾਲ ਮੈਂ ਹਾਵੀ ਹਾਸੀ ਕਾਲ ਜੀ ਮਤਲਬ ਇਹ ਉਹ ਸਾਸਰੀ ਕਾਲ ਤਾਂ ਠੀਕ ਹੈ ਮੈਂ ਤੈਨੂੰ ਕਿੰਨੀ ਵਾਰ ਕਿਹਾ ਯਾਰ ਮੈਨੂੰ ਐਲ ਐਮ ਐ ਨਹੀਂ ਐਮ ਐਲ ਐ ਕਿਹਾ ਕਰ ਉਹੀ ਮਤਲਬ ਇਹ ਐਲ ਐਮ ਐਲ ਐ ਸਾਵੀ ਬਹੁਤ ਜੈ ਹਿੰਦ ਹੋ ਗਈ ਆਪਣੀ ਉਹਨਾਂ ਲਾਕੇ ਜੀ ਜਿੱਤ ਗਈ ਆਪਾਂ ਜੈ ਹਿੰਦ ਵੀ ਬਹੁਤ ਦੁਨੀਆ ਪਿਆਰ ਕਰਦੇ ਆਂ ਤੁਹਾਨੂੰ ਜਿੱਥੇ ਜਾਣਿਓ ਲੋਕ ਥੂ ਥੂ ਕਰਦੇ ਟੂ 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 ਬਹੁਤ ਗੱਡੀਆਂ ਦੇ ਗੁੱਗੂ ਵਜਦੇ ਆਂ ਠੀਕ ਹੈ ਠੀਕ ਹੈ ਕੰਮ ਦੱਸੋ ਕੀ ਹੈ ਕੰਮ ਕੰਮ ਤਾਂ ਕਹਦਾ ਹੀ ਉਹ ਮੁੰਡਾ ਹੀ ਮੇਰਾ ਵੱਡਾ ਮੁੰਡਾ ਹੀ ਵੇਲਾ ਫਿਰਦਾ ਹੀ ਉਹਨੇ ਵੋਟਾਂ ਬਹੁਤ ਪਾਈਆਂ ਉਹਨੇ ਆਦ ਕੀ 15 ਵੋਟਾਂ ਪਾਈਆਂ ਜਾਲੀ ਤੁਹਾਨੂੰ ਮੈਂ ਉਹਨੂੰ ਆਖਿਆ ਸੀ ਵੀ ਮੈਂ ਹੈਗਾ ਬਸ ਇਹ ਕੰਮ ਨੂੰ ਉਹ ਕਹਿੰਦਾ ਬਾਪੂ ਮੈਂ ਤਾਂ ਨਾ ਪੌਣੀ ਪੌਣੀ ਵੋਟਾਂ ਖੜੇ ਪੈ ਗਿਆ 15 ਪਕਤਾ ਆਇਆ ਉਹ ਵੇਲਾ ਫਿਰਦਾ ਮੈਂ ਕਿਹਾ ਨੌਕਰੀ ਲਵਾ ਦਈਏ ਔਰ ਜੀਜਲੀ ਹੰਦੀ ਆ ਜੀ ਮਾਰਿਓ ਹਰੇ ਇਹ ਪਿੰਨ ਨਾਲ ਕੋ ਗੀ ਮਤਲਬ ਵੀ ਉਹਨੂੰ ਨੌਕਰੀ ਦੇ ਦਈਏ ਪੱਪੀਏ ਬਾਅਦ ਚ ਪੀ ਲਾਂਗੇ ਜੀ ਬਣਾ ਕੰਮ ਕਰ ਲੀਏ ਪੀਣੀ ਥੋੜਾ ਨਾਲ ਜ਼ਰੂਰ ਆਈ ਕਦੇ ਉਹ ਮੈਂ ਤੇਰੇ ਨਾਲ ਪੀਣ ਦੀ ਗੱਲ ਨਹੀਂ ਕਰ ਰਿਹਾ ਮੈਂ ਮੁੰਡੇ ਨੂੰ ਕਹਿੰਦਾ ਵੀ ਯਾਰ ਜੀ ਦੇਖੇ ਦੇਖੇ ਕੀ ਲਿਖਿਆ ਹੋਇਆ ਇਹਦੇ ਵਿੱਚ ਆ ਸਮਾਰਕੇ ਠਾ ਮੁੰਡਿਆਂ ਨੂੰ ਵੀ ਓਏ ਓਹੋ ਬਈ ਇਹ ਨੌਕਰੀ ਤੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ ਕੋਈ ਇਹ ਨੌਕਰੀ ਹੈਗੀ ਹੈਂਡੀਕੈਪਟ ਵਾਸਤੇ ਹਾਂ ਕਿਉਂ ਮਜ਼ਾਕ ਕਰਦੇ ਹੋ ਅੱਲ ਮਲ ਖਾ ਵੀ ਸਾਡੇ ਗਰੀਬਾਂ ਕੋਲ ਹੀ ਜ਼ਹਿਰਖਾਨ ਨੂੰ ਪੈਸਾ ਨਹੀਂ ਹੈਲੀਕਾਪਟਰ ਕਿੱਥੋਂ ਲਿਆਈ ਓਏ ਹੈਲੀਕਾਪਟਰ ਨਹੀਂ ਹੈਂਡੀਕੈਪਟ ਮੇਰਾ ਮਤਲਬ ਹੈ ਵੀ ਕਿਵੇਂ ਸਮਝਾਵਾਂ ਯਾਰ ਹੈਂਡੀਕੈਪਟ ਦਾ ਮਤਲਬ ਵੀ ਜਿਨ੍ਹਾਂ ਦਾ ਕੋਈ ਅੰਗ ਪੈਰ ਹੈ ਨਹੀਂ ਅੰਗ ਪੈਰ ਮਰਿਆ ਹੋਇਆ ਹੈ ਜਿਹਨੇ ਲੱਤਵਾ ਨਹੀਂ ਯਾਰ ਉਹ ਨਾਲ ਹੀ ਨੌਕਰੀਆਂ ਰਹੀਆਂ ਨਾ ਲੰਮੇ ਸਾਹਿਬ ਜੀ ਹੁਣ ਤੁਹਾਡੇ ਹੁੰਦੇ ਸਾਨੂੰ ਇਹ ਨੌਕਰੀਆਂ ਮਿਲਣਗੀਆਂ ਹੀ ਨਹੀਂ ਪਰ ਤੁਹਾਨੂੰ ਜਾਲੀ ਵੋਟਾਂ ਪਾਉਣ ਦਾ ਫਾਇਦਾ ਕਹਦਾ ਹੋਇਆ ਇਹ ਮਤਲਬ ਵੀ ਇਹਦੇ ਵਿੱਚ ਮੈਂ ਤਾਂ ਯਾਰ ਕੀ ਤੁਹਾਡੇ ਪੋਸਟਰਾਂ ਦੀ ਨੇਰੀ ਲਿਆਤੀ ਵੋਟਾਂ ਜੀ ਮੱਝਾਂ ਵਾਲੀਆਂ ਖੁਰਲੀਆਂ ਤੋਂ ਲੈ ਕੇ ਹੀ ਮੈਂ ਤਾਂ ਪਾਣੀ ਵਾਲੀਆਂ ਟੈਂਕੀਆਂ ਤੱਕ ਨਾ ਪੋਸਟਰ ਲਾਈ ਟੈਂਕੀਆਂ ਨਾਲ ਮੈਂ ਲੜ ਵੀ ਪਿਆ ਕਹਿੰਦਾ ਜੋ ਟੋ ਡਿੱਗਣਾ ਪਈ ਮੈਂ ਕਿਹਾ ਪੋਸਟਰ ਲਾਉਣੀ ਲਾਉਣੇ ਚੱਲ ਲੈ ਮੈਂ ਸਭ ਨੂੰ ਜਿਟਾਉਣ ਜਿਟਾਉਣੇ ਆਪਣੇ ਕੰਮ ਆਉਣਗੇ ਕੰਮ ਦਾ ਕੋਈ ਹੁੰਦਾ ਨਹੀਂ ਜੀ ਮੈਂ ਤਾਂ ਮੱਝਾਂ ਦੇ ਵੀ ਪੋਸਟਰ ਲਾਈ ਫਿਰ ਉਹਦਾ ਫਾਇਦਾ ਕਹਦਾ ਇਹਦੇ ਵਿੱਚ ਹੋਇਆ ਜੀ ਮਤਲ ਨੌਕਰੀ ਤੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ ਇਹ ਨੌਕਰੀ ਉਹਨਾਂ ਲਈ ਹੈ ਜਿਨ੍ਹਾਂ ਦਾ ਕੋਈ ਅੰਗ ਪੈਰ ਮਰਿਆ ਹੋਵੇ ਲੱਤ ਪੈਰ ਬਾਹ ਵੱਡਿਆ ਹੋਵੇ ਸਮਝ ਗਿਆ ਹੁਣ ਜੇ ਤੇਰੇ ਮੁੰਡੇ ਦੇ ਯਾਰ ਕੋਈ ਲੱਤ ਬਾਹ ਵੱਡੀ ਹੁੰਦੀ ਜਾਂ ਨਹੀਂ ਹੁੰਦੀ ਤਾਂ ਨੌਕਰੀ ਦੇ ਦਿੰਦੇ ਯਾਰ ਅਸੀਂ ਅੱਛਾ ਈ ਮਤਲਬ ਇਹ ਮਿਲ ਨਹੀਂ ਸਕਦੀ ਜੀ ਨਹੀਂ ਮਿਲ ਸਕਦਾ ਚਲ ਕੋਈ ਨਹੀਂ ਜੀ ਇਹ ਅਰਜੀ ਮੈਨੂੰ ਫੜਾ ਦਿਓ ਕੱਲ ਨੂੰ ਇੱਕ ਹੋਰ ਅਰਜੀ ਲਿਆਉਂਗਾ ਜੀ ਨੌਕਰੀ ਤਾਂ ਲੈਣੀ ਲੈਣੀ ਜੀ ਕੀ ਗੱਲ ਕੱਲ ਨੂੰ ਕੋਈ ਨਵੀਂ ਨੌਕਰੀ ਨਿਕਲ ਰਹੀ ਹੈ ਨੀ ਨਵੀਂ ਨੌਕਰੀ ਤਾਂ ਨਹੀਂ ਹੁਣ ਜਾ ਕੇ ਘਰ ਆਪਣਾ ਪੈਕਸ਼ਾ ਕੇ ਦੋ ਤਿੰਨ ਲਾ ਕੇ ਜੀ ਮੁੰਡੇ ਦੀ ਲੱਤਾਂ ਪੜਦੇ ਆਂਗੇ ਜੀ ਓਏ ਓਏ ਹੁਣ ਗੱਲ ਸੁਣੋ ਮੇਰੀ ਓ ਮੂਰਖਾ ਕਿਉਂ ਮੁੰਡੇ ਨੂੰ ਨਕਾਰਾ ਕਰੇਗਾ ਹੈ ਦੇਖ ਤੇਰੇ ਮੁੰਡੇ ਨੂੰ ਅਸੀਂ ਕਿਤਨਾ ਕਿਤੇ ਨੌਕਰੀ ਦਵਾ ਦਾਂਗੇ ਐਡਜਸਟ ਕਰ ਦਾਂਗੇ ਏ ਜੋ ਕੜ ਐਡਜਸਟ ਬੁੜੀ ਐਸਟ ਜੋ ਮਰਜੀ ਕਰ ਲਓ ਮੁੰਡਾ ਫੋੜਾ ਹੋ ਗਿਆ ਹੁਣ ਉਹ ਮੈਂ ਤਾਂ ਤੁਹਾਨੂੰ ਦੇਤਾ ਬੇਲਾ ਪਰ ਰੱਖਣਾ ਨਹੀਂ ਕੈਨੇਡਾ ਕੱਢ ਦੋ ਬਾਹਰਲੇ ਮੁਲਕ ਚ ਭੇਜ ਦਾਂ ਜੀ ਆ ਕੀ ਚੁਟ ਗਿਆ ਯਾਰ ਮਾਰੀ ਜਨਾ ਤੂੰ ਕੱਲ ਦਾ ਸ਼ੁਕਰ ਹੈ ਓਏ ਤੂੰ ਉੱਧਰ ਜਾ ਕੇ ਖੜਨਾ ਤੈਨੂੰ ਪਤਾ ਨਹੀਂ ਸਾਡਾ ਐਲ ਐਮ ਐ ਸਾਬ ਨਾਲ ਕਿੰਨਾ ਪਿਆਰ ਹੈ ਐਲ ਐਮ ਐ ਸਾਬ ਨੂੰ ਮੈਂ ਉਦੋਂ ਦਾ ਜਾਣਦਾ ਜਦੋਂ ਉਹ ਐਲ ਐਮ ਐ ਨਹੀਂ ਹੁੰਦੇ ਸਾਡੇ ਪਿੰਡੋਂ ਉਹ ਭੁੱਕੀ ਵੇਚਣ ਆਉਂਦੇ ਹੁੰਦੇ ਘੋੜੀ ਤੇ ਮੈਂ ਤੜਕੀ 4 ਵਜੇ ਸਾਰੇ ਪਿੰਡ 'ਚ ਹੋਕਾ ਦਿੰਦਾ ਭਾਈ ਭੁੱਕੀ ਆ ਗਈ ਬਹੁਤ ਵਧੀਆ ਭੁੱਕੀ ਅੱਜ ਤੱਕ ਉਹ ਭੁੱਕੀ ਦਾ ਗੱਲਾਂ ਹੁੰਦੀਆਂ ਬਹੁਤ ਵਧੀਆ ਭੁੱਕੀ ਹੁੰਦੀ ਆਪਣੇ ਵਾਲੇ ਉਦੋਂ ਮੁੜ ਕੇ ਹਾਂ ਭੁੱਕੀ ਆਈ ਹੀ ਨਹੀਂ ਲੱਗ ਕੇ ਚ ਉਹ ਬੱਸ ਕਰ ਬੱਸ ਕਰ ਹੋਰ ਕੰਮ ਦੱਸ ਕੀ ਹੈ ਹੋਰ ਤਾਂ ਕੰਮ ਕੀ ਹੈ ਜੀ ਮਤਲਬ ਇੱਕ ਆਪਣੇ ਪਿੰਡ ਦੀ ਮੰਗ ਹੈ ਇੱਕ ਮੇਰਾ ਗੁੱਸਾ ਹੈ ਜੀ ਪਹਿਲਾ ਮੰਗਦਾ ਸੀ ਕੀ ਹੈ ਨਹੀਂ ਪਹਿਲਾਂ ਗੁੱਸਾ ਕੱਢੂਈ ਗੁੱਸਾ ਕੱਢ ਲੈ ਗੁੱਸਾ ਇਹ ਹੈ ਜਲਮ ਸਿੰਘ ਸਾਹਿਬ ਤੁਸੀਂ ਹੁਣ ਜਿੱਤ ਕੇ ਦੇਖੋ ਲੋ ਭਾਰੀ ਗਿਣਤੀ ਨਾਲ ਵੋਟਾਂ ਚ ਉਦੋਂ ਬਾਅਦ ਤੁਸੀਂ ਆ ਕੇ ਚੰਡੀਗੜ੍ਹ ਆ ਕੇ ਬਹਿ ਗਏ ਆਲੇ-ਦਾਲੇ ਚੰਡੀਗੜ੍ਹ ਦੇ ਆਲੇ-ਦਾਲੇ ਸਾਰੇ ਮੀਂਹ ਪਵਾ ਲਿਆ ਤੁਸੀਂ ਆਪਦੇ ਕੋਠੀਆਂਕਾਰਾਂ ਦੇ ਨੇੜੇ ਹੀ ਇਹ ਸਾਡੇ ਪਿੰਡਾਂ ਕਹਿੰਦੇ ਸੋਕਾ ਦੇਖ ਲੋ ਪਵਾਤਾ ਤੁਸੀਂ ਤੁਹਾਨੂੰ ਆਪਦੇ ਇਲਾਕੇ ਜਰੂਰ ਕਣੀਆਂ ਪਾਉਣੀਆਂ ਚਾਹੀਦੀਆਂ ਇਹ ਮਰਿੰਦਰ ਨੂੰ ਕਹਿ ਕੇ ਕੰਮ ਕਰਾਓ ਜੀ ਇਹ ਕੰਮ ਅਮਰਿੰਦਰ ਦਾ ਨਹੀਂ ਹੈ ਇਹ ਇੰਦਰ ਦਾ ਹੈ ਚਾਹੋ ਜੀ ਦਾ ਵੀ ਹੈ ਤੁਸੀਂ ਕਰਾਓ ਥੋੜੀ ਚੱਲਦੀ ਐ ਇਹਨਾਂ ਨੂੰ ਪਤਾ ਹੀ ਹੁਣ ਮੰਗ ਦੱਸ ਕੀ ਐ ਮੰਗਦਾ ਜੀ ਆਪਣੇ ਪਿੰਡ ਵੱਲੋਂ ਇਹੀ ਆ ਜੀ ਵੀ ਸਾਡੇ ਪਿੰਡ ਨੂੰ 24 ਘੰਟੇ ਬਿਜਲੀ ਕਰੋ ਪਰ ਦਿਓ ਦਿਨੇ ਯਾਰ ਦਿਨ 'ਚ 24 ਘੰਟੇ ਕਿਵੇਂ ਲਾਈਟ ਦੇ ਸਕਦਾ ਮੈਂ ਫਿਰ ਰਾਤ ਨੂੰ ਦਿਓ ਵੀ ਐਲ ਐਮ ਮੈਨੂੰ ਫਾਇਦਾ ਕਰਾ ਇਹਦੇ ਵਿੱਚ ਹੋਇਆ ਹੀ ਤੁਸੀਂ ਐਲ ਐਮ ਮੈਨੂੰ ਬਣਾਉਣ ਦਾ ਜਾਲ ਹੀ ਬੋਟਾਂ ਦਾ ਜੀ ਮਤਲਬ ਵੀ ਇਹਦੇ ਵਿੱਚ ਰਾਤ ਨੂੰ ਵੀ 24 ਘੰਟੇ ਕਿਵੇਂ ਦੇ ਸਕਦਾ ਫਿਰ ਮੈਨੂੰ ਕੀ ਪਤਾ ਜੀ ਹੁਣ ਕਿਵੇਂ ਕਰ ਤੁਹਾਡੇ ਕੋਲੇ ਪਿੰਨ ਐ ਤੁਹਾਡੇ ਸਰਕਾਰੋਂ ਤੁਹਾਡੀ ਚੱਲਦੀ ਐ ਜੀ ਜਾਂ ਦਿਨ ਤੇ ਰਾਤ 'ਚ 24 ਘੰਟੇ ਬਿਜਲੀ ਹੁੰਦੀ ਐ ਨਾਲੇ 24 ਘੰਟੇ ਬਿਜਲੀ ਕੀਤੀ ਹੋਈ ਐ ਹਾਂ ਤੇਰੇ ਪਿੰਡ ਦਾ ਮੈਂ ਸੱਚ ਆਪ ਐਲਾਨ ਕਰਕੇ ਅਸੀਂ 24 ਘੰਟੇ ਬਿਜਲੀ ਦੋਏ ਪਿਛਲੇ ਹਾਲ ਜੀ ਉਹ ਤੁਸੀਂ ਸਾਡੇ ਕਿ ਤਿੰਨ ਆਕੇ ਜੀ 24 ਘੰਟੇ ਕਰਕੇ ਲਾਈਟ ਥੋੜੇ ਮੰਗ ਲਈ ਪੌਣੇ ਚਾਰ ਵਾਗੀ ਨਾ ਮੁੜ ਕੇ ਤੁਸੀਂ ਪਿੰਡ ਚ ਬੜੇ ਉਹਨਾਂ ਲਾਈਟ ਆਈ ਠੀਕ ਆ ਠੀਕ ਆ ਯਾਰ ਜਾ ਹੁਣ ਦਿਮਾਗ ਨਾ ਖਾ ਮੇਰਾ ਚਲੋ ਕੋਈ ਨਹੀਂ ਕਦੇ ਫੇਰ ਆਪਾਂ ਮੁਲਕੇ ਗੱਲਾਂ ਕਰਾਂਗੇ ਜੀ ਇਲਾਕੇ ਨੂੰ ਕਦੋਂ ਆਉਣਾ ਹੈ ਜੀ ਹੁਣ ਉਧਰ ਪਿੰਡਾਂ ਵੱਲ ਨੂੰ ਹੀ ਓਏ ਆ ਜਾਾਂਗੇ ਇਲਾਕੇ ਚ ਮਾਰਾਂਗੇੜਾ ਜਾ ਜਾ ਆਪਾਂ ਆਪਣੇ ਘਰ ਦਾ ਰੱਖਣੇ ਚਾਹ ਪੀਉਣੀਆਂ ਤੁਹਾਨੂੰ ਆਉਂਦੇ ਹੋਏ ਥੋੜੀ ਜਿਹੀ ਭੁੱਖੀ ਲੈ ਆਈ ਹੋਈ ਓਏ ਕਿਉਂ ਇਹੋ ਜਿਹੇ ਉਹ ਪਿੱਛੇ ਵੜਾ ਕਰ ਉਹ ਆ ਜਾ ਆ ਜਾ ਤੂੰ ਤੂੰ ਭੁੱਲੀ ਗਿਆ ਸੀ ਆ ਐਲਮ ਸਿੰਘ ਮੇਰਾ ਭਤੀਜਾ ਪੈਰੀ ਪੈ ਓਏ ਪੈਰੀ ਪੈ ਕੇ ਮਾਫੀ ਮੰਗ ਪੈਰੀ ਪੈ ਓ ਠੀਕ ਆ ਠੀਕ ਆ ਠੀਕ ਆ ਜਿਉਂਦੇ ਬਸੇ ਰਹੋ ਜਾਓ ਜਾਓ ਦਿਓ ਅਸ਼ੀਰਵਾਦ ਬਸ ਹੋ ਗਿਆ ਕੰਮ ਤੇਰਾ ਚੱਪਾ ਜਾ ਜਾ ਬਾਜਾ ਕੇ ਤੋ ਨਾ ਇਹ ਕੰਮ ਕਰੋ ਚਲੋ ਖੇਡੋ ਹਣ ਚੱਲ ਬਾਜ ਹਾਂ ਇਹ じゃ ਕੰਮ ਨਾ ਕਰਿਓ ਮਾਫ ਕਰਤਾ ਮੈਂ ਗੱਲ ਸਮਝਿਆ ਨਹੀਂ ਬਈ ਤੇਰੀ ਕੀ ਗੱਲ ਹੈ ਉਹ ਮੇਰਾ ਭਤੀਜਾ ਜੀ ਇਹ ਮੇਥੋਂ ਵੱਡੇ ਭਾਈ ਜੰਗੀਲੇ ਦਾ ਮੁੰਡਾ ਉਹ ਕੱਲ ਕ ਤੇ ਰਾਤ ਬੈਠੇ ਹੋਣੇ ਦਰੂਦੂਰ ਪੀਂਦੇ ਹੁਣ ਯਾਰ ਦੋਸਤ ਤੇ ਉਹ ਤੂੰ ਤੂੰ ਮੈਂ ਮੈਂ ਹੋ ਗਈ ਕਿਤੇ ਆਪ ਚ ਇਹਦਾ ਥੋੜਾ ਹੱਥ ਕਰੜਾ ਚੋਬਰ ਨਿਕਲਿਆ ਇਹਨੇ ਕਿਤੇ ਮੁੰਡੇ ਦੇ ਜ਼ੋਰ ਦੇ ਸਿਰ 'ਚ ਮਾਰਿਆ ਉਹ ਮੁੰਡਾ ਮਰ ਗਿਆ ਕੱਲ ਤਾਂ ਡਰਿਆ ਫਿਰਦਾ ਕਹਿੰਦਾ ਪਤਾ ਨਹੀਂ ਕੀ ਹੋਊ ਮੈਂ ਕਿ ਕੁਝ ਨਹੀਂ ਹੁੰਦਾ ਤੈਨੂੰ ਮੈਂ ਅੱਲਾ ਮੇਂ ਸਭ ਤੋਂ ਮਾਫ ਕਰਾ ਲਿਆ ਉਹਨਾ ਚਲੋ ਕੰਮ ਹੋ ਗਿਆ ਬਹੁਤ ਬਹੁਤ ਮਿਹਰਬਾਨੀ ਜੈ ਹਿੰਦ ਜੀ ਉਹ ਉਹ ਸਿਕਿਉਰਟੀ ਉਹ ਫੜਿਆ